ਸਵਾਗਤ ਹੈ ਤੁਹਾਡਾ ਸਾਡਾ ਕਿਸਾਨ ਚੈਨਲ ਤੇ ਤਾਂ ਦੋਸਤੋ ਹੁਣ ਝਾੜ ਵਧਾਉਣ ਲਈ ਕਣਕ ਉੱਪਰ ਕਿਹੜੀ ਸਪਰੇਅ ਕਰੀਏ ਜਿਹਦੇ ਨਾਲ ਸਾਡਾ ਝਾੜ ਵੱਧ ਜੇ ਦੋਸਤੋ ਕੋਈ ਕਿਸਾਨ ਵੀ ਰਹਿ ਰਹੇ ਆ ਕਿ 05234 ਤੇ 13045 ਦੇ ਵਿੱਚ ਕੀ ਫਰਕ ਆ ਤੇ ਇੰਨਾ ਦੋਨਾਂ ਦੇ ਵਿੱਚੋਂ ਕਿਹੜੀ ਸਪਰੇਅ ਕਰੀ ਜਾਵੇ ਜਿਹਦੇ ਨਾਲ ਸਾਨੂੰ ਨਤੀਜੇ ਵਧੀਆ ਮਿਲਣ ਤੇ ਸਾਡਾ ਕਣਕ ਦਾ ਝਾੜ ਵੱਧ ਜੇ। ਦੋਸਤੋ ਅੱਜ ਤੁਹਾਨੂੰ ਇਹਨਾਂ ਦੋਨਾਂ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਇਸ ਤੋਂ ਪਹਿਲਾਂ ਜਿਹੜੇ ਕਿਸਾਨ ਵੀ ਨਵੇਂ ਆ ਜਾਂ ਜਿਨ੍ਹਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ। ਦੋਸਤੋ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ 05234 ਦੇ ਵਿੱਚ ਹੈ ਕੀ? ਜਿਹੜੀ 05234 ਉਸ ਦੇ ਵਿੱਚ 52% ਫਾਸਫੋਰਸ ਆ ਤੇ 34% ਹੈਗੀ ਹੈਗੀ ਪोटाश ਦੂਜੇ ਪਾਸੇ ਜੋ 13.45 ਆ ਉਸ ਨੂੰ ਪੋਟਾਸ਼ੀਅਮ ਨਾਈਟ੍ਰੇਟ ਵੀ ਕਹਿੰਦੇ ਆ ਹੁਣ ਪੋਟਾਸ਼ੀਅਮ ਨਾਈਟ੍ਰੇਟ ਕਿਉਂ ਕਹਿੰਦੇ ਆ ਕਿਉਂਕਿ ਉਹਦੇ ਜਿਹੜੀ ਨਾਈਟ੍ਰੋਜਨ ਆ ਯੂਰੀਆ ਉਹ ਨਾਈਟ੍ਰੇਟ ਫਾਰਮ ਦੇ ਵਿੱਚ ਆ ਤੇ ਜਿਹੜੀ ਆਪਣੇ ਘਰੇ ਯੂਰੀਆ ਨਾ ਆਪਣੇ ਕੋਲ 46% ਯੂਰੀਆ ਮਿਲਦੀ ਆ ਜਿਹੜਾ 45 ਕਿਲੋ ਦਾ ਗੱਟਾ ਹੈਗਾ ਉਹਦੇ ਵਿੱਚ ਅਮੋਨੀਆ ਫਾਰਮ ਦੇ ਵਿੱਚ ਜੂਰੀਆ ਹੁੰਦੀ ਆ ਫਾ ਨਾਈਟ੍ਰੋਜਨ ਹੁੰਦੀ ਆ ਹੁਣ ਦੋਸਤੋ ਜਿਹੜੀ 13.45 ਹੈ ਇਸ ਦੇ ਵਿੱਚ 13% ਨਾਈਟ੍ਰੋਜਨ ਤੇ 45% ਹੈਗੀ ਹੈਗੀ ਪੋਟਾਸ਼ ਕਰ ਗਿਆ ਗੇੜੀ ਹੁਣ ਸਵਾਲ ਤਾਂ ਇੱਥੇ ਆ ਦੋਸਤੋ ਤੁਹਾਨੂੰ ਦੋਨਾਂ ਤੋਂ ਜਿਹੜੀ ਵਧੀਆ ਲੱਗਦੀ ਆ ਉਹੀ ਕਰੋ ਦੋਨਾਂ ਦੇ ਰਿਜ਼ਲਟ ਟਾਪ ਆ ਬਹੁਤ ਵਧੀਆ ਗੇ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹ 13045 ਨੂੰ ਹੀ ਰეკਮੈਂਡ ਕਰਦੀ ਹੈ ਦੋਸਤੋ ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਡੁਪਲੀਕੇਟ ਬਹੁਤ ਮਿਲਦਾ ਅੱਜਕੱਲ੍ਹ ਮਾਲ ਹਰੇਕ ਚਾਹੇ ਉਹ ਸਪਰੇਅ ਆ ਚਾਹੇ ਉਹ ਕੋਈ ਖਾਣ ਵਾਲੀ ਵਸਤੂ ਆ ਚਾਹੇ ਕੱਪੜਾ ਆਗਾ ਹਰੇਕ ਡੁਪਲੀਕੇਟ ਬਹੁਤ ਜ਼ਿਆਦਾ ਆਉਂਦਾਗਾ ਇਸ ਲਈ ਪੱਕਾ ਬਿੱਲ ਜ਼ਰੂਰ ਲਵੋ ਸਭ ਤੋਂ ਵੱਡਾ ਸਵਾਲ ਤਾਂ ਹੁਣ ਇੱਕੋ ਹੀ ਹੈ ਕਿਸਾਨ ਵੀਰਾਂ ਦਾ ਕਿ ਕਿਹੜੇ-ਕਿਹੜੇ ਤੱਤ ਆਪਾਂ ਮਿਕਸ ਕਰਕੇ ਕਰ ਸਕਦੇ ਆ ਤੇ ਕਿੰਨੀ ਡੋਜ਼ ਆ ਗਈ 13045 ਜਾਂ 05234 ਦੀ ਦੋਸਤੋ ਜੋ 05234 ਆ ਉਹ ਪ੍ਰਤੀ ਏਕੜ ਆਪਾਂ 1 ਕਿਲੋ ਹੀ ਲੈਣਾ ਪਰੰਤੂ ਜੇ ਸਹੀ ਪੁੱਛਿਆ ਜਾਵੇ ਤਾਂ ਕੋਈ ਵੀ ਸਪਰੇਅ ਆ ਚਾਹੇ ਉਹ ਤੱਤਾ ਚਾਹੇ ਉਹ ਫੰਗੀਸਾਈਡ ਆ ਇਹਨਾਂ ਦੀ ਜਿਹੜੀ ਡੋਜ਼ ਆ ਉਹ ਪਾਣੀ ਉੱਪਰ ਨਿਰਪਰ ਆ ਹੁਣ ਮੰਨ ਕੇ ਚੱਲੋ ਮੈਂ 100 ਲੀਟਰ ਪਾਣੀ ਪ੍ਰਤੀ ਏਕੜ ਲਾਉਣਾਗਾ ਤਾਂ ਮੈਂ 13045 ਦੀ ਕਿੰਨੀ ਵਰਤੋਂ ਕਰੂੰਗਾ ਮੈਂ ਪ੍ਰਤੀ ਏਕੜ 1.5 ਕਿਲੋ 13045 ਪਾਵਾਂਗਾ ਜੇ ਮੈਂ 150 ਲੀਟਰ ਦੀ ਵਰਤੋਂ ਕਰੂੰਗਾ ਤਾਂ 2 ਕਿਲੋ ਤੇ ਜਿਹੜੀ ਹੈਗੀ 05234 ਉਹ 1 ਕਿਲੋ ਹੀ ਲੈਣਾ ਆਪਾਂ ਹੁਣ ਦੋਸਤੋ ਕਿਹੜੇ ਕਿਹੜੇ ਤੱਤ ਆਪਾਂ ਮਿਕਸ ਕਰਕੇ ਕਰ ਸਕਦੇ ਆ 13045 ਦੇ ਨਾਲ ਆਪਾਂ ਬੋਰਨ ਤੇ ਇਸ ਤੋਂ ਇਲਾਵਾ ਜੇਕਰ ਆਪਣੇ ਕਣਕ ਵਿੱਚ ਮੈਗਨੀਜ਼ ਦੀ ਘਾਟ ਆਉਂਦੀ ਤਾਂ ਮੈਗਨੀਜ਼ ਸਲਫੇਟ ਦਾ ਸਪਰਕਾ ਕਰ ਸਕਦੇ ਆ ਚਿਲੇਟਡ ਜ਼ਿੰਕ ਵੀ ਵਰਤ ਸਕਦੇ ਆ ਦੂਜੇ ਪਾਸੇ ਜੋ 05234 ਆ ਉਸ ਨਾਲ ਸਿਰਫ ਆਪਾਂ ਬੋਰਨ ਹੀ ਇਸਤੇਮਾਲ ਕਰ ਸਕਦੇ ਆ ਦੋਸਤੋ ਕਦੇ ਵੀ ਜੇਕਰ ਆਪਾਂ ਬੋਰਨ ਦਾ ਇਸਤੇਮਾਲ ਕਰਦੇ ਆ ਨਾ ਮੰਨ ਕੇ ਚਲੋ ਵੀ ਆਪਾਂ 13045 ਤੇ ਬੋਰਨ ਦੀ ਸਪਰੇ ਕਰੀ ਜਾਂਦੇ ਆ ਤਾਂ ਕਦੇ ਵੀ ਇਸ ਦਿਨਾਂ ਫੰਗੀਸਾਈਡ ਮਿਕਸ ਕਰਕੇ ਨਾ ਕਰੋ ਜੇਕਰ ਹੰਗੀ ਸਾਈਡ ਤੁਸੀਂ ਆਪਣੀ ਕਣਕ ਉਪਰ ਕਰਨਾ ਚਾਹੁੰਦੇ ਹੋ ਤਾਂ ਉਹ ਕੱਲਾ ਕਰੋਗੇ ਜ਼ਿਆਦਾ ਬੇਨਫਾਟਾ ਜੇਕਰ ਆਪਾਂ ਬੋਰਨ ਨਹੀਂ ਕਰਦੇ ਤਾਂ 13045 ਮਿਕਸ ਹੋ ਸਕਦਾ ਸ਼ਰਤਾਂ ਕੀ ਆ ਸ਼ਰਤਾਂ ਇਹੀ ਆ ਕਿ ਘੋਲ ਆਪਾਂ ਅਲੱਗ-ਅਲੱਗ ਬਣਾਉਣਾ ਜੇਕਰ ਆਪਾਂ 13045 ਬੋਰਨ ਪਲੱਸ ਮੈਗਨੀਜ਼ ਸਲਫੇਟ ਦਾ ਸਪਰੇਅ ਕਰ ਰਹੇ ਆ ਨਾ ਤਾਂ ਵੀ ਆਪਾਂ ਘੋਲ ਅਲੱਗ-ਅਲੱਗ ਹੀ ਬਣਾਉਣਾਗਾ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਦੋਸਤੋ ਜਿਹੜਾ ਝਾੜ ਆ ਵੈਸੇ ਤਾਂ ਮੌਸਮ ਉੱਪਰ ਨਿਰਪਰਾ ਪਰੰਤੂ ਹੁਣ ਸਭ ਤੋਂ ਜ਼ਰੂਰੀ ਤਾਂ ਤਿਹੜੇ ਉਹ ਪਟਾਸ਼ ਤੇ ਬੋਰਨ ਹੀ ਹੈ ਫੰਗੀਸਾਈਡ ਆਪਾਂ ਜ਼ਰੂਰ ਕਰਨਾ ਹੁਣ ਦੋਸਤੋ ਕੁਝ ਇੱਕ ਕਿਸਾਨ ਵੀਰਾਂ ਦਾ ਸਵਾਲ ਹੋਊਗਾ ਕਿ ਫੰਗੀਸਾਈਡ ਕਿਹੜਾ ਕੀਤਾ ਜਾਵੇ ਫੰਗੀਸਾਈਡਸ ਆ ਰਹੀ ਵਧੀਆ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਨਾ ਮੈਂ ਹਰ ਇੱਕ ਫੰਗੀਸਾਈਡ ਦੀ ਡਿਟੇਲ ਤੁਹਾਡੇ ਸਾਹਮਣੇ ਲਿਆ ਕੇ ਰੱਖ ਦੇਵਾਂਗਾ ਇਸ ਲਈ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਧੰਨਵਾਦ ਦੋਸਤੋ।